ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਪਾਕਿਸਤਾਨ ਦੀ ਧਰਤੀ ਦੇ ਦਰਸ਼ਨ ਕਰ ਰਹੇ ਹਾਂ ਅਤੇ ਹਸਨ ਅਬਦਾਲ ਤੋਂ ਹੁੰਦੇ ਹੋਏ ਲਾਹੌਰ ਤੋਂ ਹਸਨ ਅਬਦਾਲ, ਉੱਥੇ 3 ਦਿਨ ਦਾ ਸਮਾਗਮ ਕਰਕੇ ਅਸੀਂ ਹੁਣ ਕਰਤਾਰਪੁਰ ਸਾਹਿਬ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਨਗਰ ਵਸਾਇਆ ਅਤੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਗੁਰੂ ਸਾਹਿਬ ਨੇ ਇੱਥੇ ਹੀ ਬਤੀਤ ਕੀਤੇ ਅਤੇ ਵਾਹਿਗੁਰੂ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਸਾਰੇ। ਉਹ ਸਾਹਮਣੇ ਜੋ ਆਪਾਂ ਗੋਲ ਇਮਾਰਤ ਦੇਖ ਰਹੇ ਹਾਂ ਉਹ ਖੂਹ ਹੈ ਗੁਰੂ ਸਾਹਿਬ ਜੀ ਦਾ। ਉਸ ਖੂਹ ਤੋਂ ਹੀ ਗੁਰੂ ਸਾਹਿਬ ਜੀ ਆਪਣੀ ਖੇਤੀ ਨੂੰ ਪਾਣੀ ਲਗਾਉਂਦੇ ਸੀ। ਦੇਖੋ ਇਹ ਸਾਰੀ ਆਲੇ ਦੁਆਲੇ ਜਿੰਨੀ ਖੇਤੀ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਬੋਲਦੀ ਹੈ ਅਤੇ ਹੁਣ ਵੀ ਸਾਰੀ ਜ਼ਮੀਨ ਗੁਰਦੁਆਰੇ ਦੀ ਹੈ ਅਤੇ ਬੜੀ ਸੋਹਣੀ ਇਮਾਰਤ ਪੁਰਾਤਨ ਬਣੀ ਹੋਈ ਹੈ। ਅਸੀਂ 3ਰੀ ਮੰਜ਼ਿਲ 'ਤੇ ਹਾਂ ਅਤੇ ਦੇਖੋ ਮੁਸਲਮਾਨ ਵੀਰ ਸੇਵਾ ਕਰਦੇ ਨੇ, ਇਹ ਕੋਈ ਪੈਸੇ ਨਹੀਂ ਲੈਂਦੇ, ਇਹ ਕੋਈ ਤਨਖਾਹ 'ਤੇ ਨਹੀਂ ਰੱਖੇ, ਇਹ ਬਸ ਆਪਣੀ ਸ਼ਰਧਾ ਨਾਲ ਸੇਵਾ। ਮੈਨੂੰ ਮੇਰੇ ਖਿਆਲ 'ਚ 1.5 ਘੰਟਾ ਹੋ ਗਿਆ ਇਹਨਾਂ ਨੂੰ ਦੇਖਦਿਆਂ, ਇਹ ਥੱਲੇ ਵੀ ਸਾਰੀ ਸੇਵਾ ਇਹਨਾਂ ਨੇ ਕੀਤੀ ਹੈ ਅਤੇ ਹੁਣ ਵੀ ਉੱਪਰ ਹੀ ਸੇਵਾ ਕਰ ਰਹੇ ਨੇ। ਇਹਨਾਂ ਨੂੰ ਸਲਾਮ ਹੈ, ਅਸਲੀ ਸੰਤ ਇਹ ਨੇ, ਹੋਰ ਨਹੀਂ ਹੈਗਾ ਕੋਈ, ਜਿਹੜੇ ਆਪਣੇ ਗੱਡੀਆਂ 'ਚ ਘੁੰਮਦੇ ਨੇ ਜਾਂ ਐਸ਼ਾਂ ਕਰਦੇ ਨੇ, ਹੈ ਨਾ, ਬਹੁਤ ਸੋਹਣਾ ਜੀਵਨ ਬਤੀਤ ਕਰਦੇ ਨੇ। ਅਸਲੀ ਸੰਤ ਇਹ ਨੇ ਜਿਹੜੇ ਇਹਨਾਂ ਨੂੰ ਮੈਨੂੰ ਦੇਖਦਿਆਂ 1.5-2 ਘੰਟੇ ਤੋਂ ਹੋ ਗਿਆ ਸਾਰੀ ਸਵਾਈ ਰੋਜ਼ ਕਰਦੇ ਨੇ, ਹੈ ਨਾ। ਗੁਰੂ ਸਾਹਿਬ ਇੱਦਾਂ ਇਹਨਾਂ 'ਤੇ ਕਿਰਪਾ ਆਪਣੀ ਬਣਾਈ ਰੱਖਣ ਅਤੇ ਦੇਖੋ ਕਿੰਨਾ ਸੋਹਣਾ ਨਜ਼ਾਰਾ। ਪਾਕਿਸਤਾਨ ਦੇ ਪੁਰਾਣੇ ਪਿੰਡ ਦੇਖੋ ਸਾਰੇ, ਸਾਡੇ ਬਜ਼ੁਰਗਾਂ ਦਾ ਪੁਰਾਣਾ ਪਿੰਡ, ਇਸ ਤੋਂ ਥੋੜ੍ਹੇ ਦੂਰ ਹੀ ਪਿੰਡ ਪੀਰਕੋਟ ਆ ਜਿਹੜਾ ਸਾਡਾ, ਜਿਸ ਤੋਂ ਸਾਡੇ ਬਜ਼ੁਰਗ ਉੱਠ ਕੇ ਆਏ ਸੀ। ਉਹ ਸਾਹਮਣੇ ਮੋਟਰ ਚੱਲਦੀ ਹੈ, ਦੇਖੋ ਇਹ ਬੱਸ ਦੇ ਵਿੱਚ ਅਸੀਂ ਆਏ ਹਾਂ ਜੀ। ਵਾਹਿਗੁਰੂ ਵਾਹਿਗੁਰੂ। ਆਹ ਦੇਖੋ ਜੀ, ਲੋਕ ਆਪਣੀਆਂ ਮੱਝਾਂ ਗਾਵਾਂ ਨੂੰ ਲੈ ਕੇ ਆ ਰਹੇ ਨੇ ਸਵੇਰੇ ਸਵੇਰੇ, ਸ਼ਾਹ ਵੇਲਾ ਜਿਹਨੂੰ ਕਹਿੰਦੇ ਨੇ। ਸਾਡੇ 'ਤੇ ਹੁਣ ਬੋਲੀ ਅਲਫਾਜ਼ ਹੀ ਸਾਡੇ ਚੇਂਜ ਹੋ ਗਏ, ਹਿੰਦੀ ਨਾਲ ਮਿਕਸ ਹੋ ਗਏ, ਅੰਗਰੇਜ਼ੀ ਨਾਲ ਮਿਕਸ ਹੋ ਗਏ। ਇੱਥੇ ਅਜੇ ਵੀ ਪੁਰਾਣੀ ਉਹੀ ਬੋਲੀ ਹੈ ਅਤੇ ਪੁਰਾਣਾ ਉਹੀ ਸੱਭਿਆਚਾਰ ਇੱਥੇ ਇਹਨਾਂ ਲੋਕਾਂ ਨੇ, ਹਿੰਦੂਆਂ ਨੇ, ਮੁਸਲਮਾਨ ਵੀਰਾਂ ਨੇ ਅਤੇ ਪੰਜਾਬੀਆਂ ਨੇ ਉਹੀ ਸੰਭਾਲ ਕੇ ਰੱਖਿਆ ਹੋਇਆ। ਹਜੇ ਤੱਕ ਇਹਨਾਂ ਦੀ ਬੋਲੀ ਦਾ ਲਹਿਜਾ ਉਸ ਤਰ੍ਹਾਂ ਹੀ ਬੋਲਦੇ ਨੇ ਜਿੱਦਾਂ ਪਹਿਲਾਂ ਬੋਲਦੇ ਸੀ। ਆਹ ਦੇਖੋ ਮੱਝਾਂ ਚੁਗਾਉਣ ਲੈ ਕੇ ਜਾ ਰਹੇ ਨੇ ਆਪਦੀਆਂ ਸਵੇਰੇ ਸਵੇਰੇ। ਉਹ ਦੇਖੋ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ, ਇੱਥੋਂ ਸਿਰਫ 2 ਕਿਲੋਮੀਟਰ ਹੈ ਸਾਹਮਣੇ ਹਿੰਦੁਸਤਾਨ ਦਾ ਬਾਰਡਰ, ਅਤੇ ਉਹ ਜਿਹੜੀ ਤੁਸੀਂ, ਮੈਂ ਥੋੜ੍ਹਾ ਜ਼ੂਮ ਕਰਦਾ, ਜਿਹੜੀ ਆਪਾਂ ਰੁੱਖਾਂ ਦੀ ਝਿੜੀ ਦੇਖਦੇ ਪਏ ਨਾ ਸਾਹਮਣੇ, ਇੱਥੇ ਬਾਰਡਰ ਹੈ ਅਤੇ ਇੱਥੇ ਝਿੜੀ ਦੇ ਵਿੱਚ ਇੱਕ ਪੁਆਇੰਟ ਹੈ ਜਿੱਥੋਂ ਪੰਜਾਬ ਦੀਆਂ ਸਿੱਖ ਸੰਗਤਾਂ, ਹਿੰਦੂ ਵੀਰ ਵੀ ਦੂਰਬੀਨ ਦੇ ਨਾਲ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਦੇ ਨੇ। ਆਹ ਸਾਡਾ ਜਥਾ ਸਾਰਾ, ਅਸੀਂ 8 ਜਾਣੇ ਇੰਡੀਆ ਤੋਂ ਆਏ ਹਾਂ ਅਤੇ ਹੁਣ ਲੰਗਰ ਪਾਣੀ ਦਾ ਪ੍ਰਬੰਧ ਹੋ ਰਿਹਾ ਅਤੇ ਬੜਾ ਸੋਹਣਾ ਲੱਗਿਆ। ਗੁਰੂ ਦੀ ਕਿਰਪਾ ਨਾਲ ਬੜੀਆਂ ਕੰਟਰੀਆਂ 'ਚ ਜਾਂਦੇ ਹਾਂ, ਗੁਰੂ ਨੇ ਬੜੀ ਕਿਰਪਾ ਕੀਤੀ, ਹਰ ਥਾਂ ਘੁੰਮਦੇ ਹਾਂ, ਮਗਰ ਫੋਰਨ ਕੰਟਰੀਆਂ ਨਾਲੋਂ, ਆਸਟ੍ਰੇਲੀਆ ਲਾ ਲਓ, ਕੈਨੇਡਾ, ਇੰਗਲੈਂਡ, ਜੋ ਵੀ ਹੈ ਉਹਦੇ ਨਾਲੋਂ, ਆਹ ਅਸੀਂ ਹੁਣ ਜਿਹੜਾ ਪਾਕਿਸਤਾਨ ਆ ਕੇ ਜਿਹੜਾ ਮੇਰੇ ਮਨ ਨੂੰ ਸਕੂਨ ਮਿਲਿਆ ਨਾ, ਉਹ ਮੈਂ ਦੱਸ ਨਹੀਂ ਸਕਦਾ। ਇਹ ਨਹੀਂ ਗੱਲ ਮੈਂ ਵੀਡੀਓ ਬਣਾ ਦਿੱਤੇ ਮੈਂ ਤਾਂ ਕਹਿ ਰਿਹਾ, ਮਗਰ ਨਹੀਂ, ਇਹ ਸੱਚੀ ਗੱਲ ਹੈ, ਮੇਰੇ ਦਿਲ ਦੀ ਭਾਵਨਾ। ਗੁਰੂ ਨਾਨਕ ਮਹਾਰਾਜ ਜਾਣਦੇ ਨੇ ਵੀ ਜੋ ਇੱਥੇ ਮੈਨੂੰ ਸਕੂਨ ਮਿਲਿਆ ਆ ਕੇ, ਇੱਥੇ ਆ ਕੇ ਲੱਗਿਆ ਹੀ ਨਹੀਂ ਮੈਂ ਕਿਸੇ ਬਗਾਨੇ ਦੇਸ਼ 'ਚ ਆ, ਇੱਥੇ ਆ ਕੇ ਲੱਗਿਆ ਹੀ ਮੈਨੂੰ ਇਹ ਆ ਵੀ ਇਹੀ ਸਾਡਾ ਆਪਣਾ ਜੱਦੀ ਘਰ ਆ। ਦੇਖੋ ਲੋਕ ਮੱਝਾਂ ਚਗਾ ਰਹੇ ਨੇ ਸਾਡੇ ਤੇ, ਇੰਡੀਆ 'ਚੋਂ, ਪੰਜਾਬ 'ਚੋਂ ਹੀ ਲਗਭਗ ਇਹ ਕਲਚਰ ਖਤਮ ਹੋ ਚੁੱਕਾ ਤੇ ਉਹ ਸਾਹਮਣੇ ਇੱਕ ਟੋਭਾ ਸੂਆ ਵਗ ਰਿਹਾ ਬੜਾ ਪਿੱਛੋਂ ਉਹ ਨਾਲ ਨਾਲ, ਤੇ ਮੈਂ ਦੇਖ ਰਿਹਾ ਲੋਕ ਆਪਣੇ ਰੇੜੇ ਸਮੇਤ, ਬੱਚੇ ਸਮੇਤ, ਰੇੜੇ ਸਮੇਤ ਸੂਏ 'ਚ ਲੰਘ ਜਾਂਦੇ ਨੇ ਤੇ ਪਰਲੇ ਪਾਸੇ ਜਾ ਰਹੇ ਨੇ। ਹੁਣ ਤੇ ਮੈਂ 2 ਵੇਖੇ ਨੇ, ਹੁਣ ਤੇ ਕੋਈ ਸ਼ਾਇਦ ਆ ਨਹੀਂ ਰਿਹਾ। ਇਹ ਵੀਡੀਓ ਮੈਂ ਬਣਾ ਰਿਹਾ ਆਪਣੇ ਮੰਮੀ ਡੈਡੀ ਦੀ, ਜੋ ਅਮੈਰੀਕਾ ਨੇ ਉਹ ਵੇਖਣਗੇ ਤੇ ਉੱਥੋਂ ਹੀ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕਰਨਗੇ। ਹੁਣ ਮੈਂ ਥੱਲੇ ਜਾਂਦਾ, ਮੈਂ ਤੁਹਾਨੂੰ ਪੂਰੇ ਤਰੀਕੇ ਨਾਲ ਪੂਰੀ ਬਿਲਡਿੰਗ ਦਿਖਾਉਣਾ ਥੱਲੇ ਜਾ ਕੇ। ਬਾਏ। ਵਾਹਿਗੁਰੂ ਜੀ। ਇਹ ਗੁਰਦੁਆਰਾ ਸਾਹਿਬ ਹੈ 2ਰੀ ਮੰਜ਼ਿਲ 'ਤੇ।
ਜਿੱਥੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਇੱਥੇ ਗੁਰੂ ਸਾਹਿਬ ਜੀ ਨੂੰ ਜੋਤੀ ਜੋਤ ਸਮਾਏ ਤੇ ਹਿੰਦੂ ਵੀ ਦਾ ਹਿੰਦੂ ਸਿੱਖ ਜਿਹੜੇ ਉਸ ਸਮੇਂ ਦੇ ਗੁਰੂ ਸਾਹਿਬ ਦੇ ਸ਼ਰਧਾਲੂ ਵੀ ਤੇ ਮੁਸਲਮਾਨ ਭਾਈਚਾਰਾ ਇਹਨਾਂ ਦੀ ਆਪਸ ਚ ਲੜਾਈ ਹੋ ਗਈ ਵੀ ਗੁਰੂ ਸਾਹਿਬ ਸਾਡੇ ਪੀਰ ਸੀ ਅਸੀਂ ਸਤਿਕਾਰ ਕਰਾਂਗੇ ਤੇ ਮੁਸਲਮਾਨ ਵੀਰ ਕਹਿੰਦੇ ਵੀ ਅਸੀਂ ਸਾਡੇ ਪੀਰ ਨੇ ਅਸੀਂ ਦਫਨਾਵਾਂਗੇ। ਮਗਰ ਜਦੋਂ ਗੁਰੂ ਸਾਹਿਬ ਜੀ ਆਪਣੇ ਦੇਸ਼ ਸਮੇਤ ਸੱਚਖੰਡ ਨੂੰ ਚਲੇ ਗਏ ਤੇ ਜੋ ਚਾਦਰ ਸੀ ਜੋ ਮੰਜੀ ਸੀ ਜੋ ਫੁੱਲ ਸੀ ਥੋੜੇ ਜਿਹੇ ਉਹ ਅੱਧੇ ਅੱਧੇ ਕੀਤੇ ਗਏ ਤੇ ਹਿੰਦੂ ਵੀਰਾਂ ਨੇ ਸਿੱਖਾਂ ਵੀਰਾਂ ਨੇ ਸਤਿਕਾਰ ਕੀਤਾ ਇਸ ਜਗ੍ਹਾ ਤੇ ਦਰਸ਼ਨ ਕਰੋ ਜੀ ਸਤਿਕਾਰ ਕੀਤਾ ਵਾਹਿਗੁਰੂ ਜੀ ਤੇ ਮੁਸਲਮਾਨ ਵੀਰਾਂ ਨੇ ਇਸ ਜਗ੍ਹਾ ਤੇ ਉਹਨੂੰ ਦਫਨਾ ਕੇ ਉਹਦੀ ਸਮਾਧ ਬਣਾਈ। ਆ ਦੇਖੋ ਇਹ ਸਮਾਧ ਬਣੀ ਹੋਈ ਹੈ ਇਹ ਮੁਸਲਮਾਨ ਵੀਰਾਂ ਨੇ ਦਫਨਾ ਕੇ ਜੋ ਗੁਰੂ ਸਾਹਿਬ ਦੇ ਚਾਦਰ ਤੇ ਮੰਜੀ ਤੇ ਥੋੜੇ ਫੁੱਲ ਸੀ ਉਹਦੀ ਸਮਾਧ ਹੈ। ਜਿਹੜੀ ਆਹ ਬਿਲਡਿੰਗ ਆਪਾਂ ਦੇਖ ਰਹੇ ਹਾਂ ਆਹ ਜੋ ਬਿਲਡਿੰਗ ਹੈ ਦੇਖੋ ਜੀ ਇਹ ਮਹਾਰਾਜਾ ਭੁਪਿੰਦਰ ਸਿੰਘ ਜੀ ਨੇ 1923 ਦੇ ਵਿੱਚ ਬਣਾਈ ਸੀ। ਮਹਾਰਾਜਾ ਪਟਿਆਲੇ ਜੋ ਇਸ ਟਾਈਮ ਸਾਡੇ ਸੀਐਮ ਸਾਹਿਬ ਨੇ ਕੈਪਟਨ ਅਨਿੰਦਰ ਸਿੰਘ ਜੀ ਉਹਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਜੀ ਮਹਾਰਾਜਾ ਪਟਿਆਲਾ ਉਹਨਾਂ ਨੇ ਬਿਲਡਿੰਗ 1923 ਚ ਬਣਾਈ ਸੀ ਤੇ ਯਕੀਨ ਮੰਨੋ ਇੱਥੇ ਆ ਕੇ ਏਦਾਂ ਲੱਗਦਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਹਜੇ ਵੀ ਇੱਥੇ ਹੈਗੇ ਨੇ ਮਹਿਸੂਸ ਹੁੰਦਾ। ਵਾਹਿਗੁਰੂ ਜੀ ਮਹਾਰਾਜ ਕਿਰਪਾ ਕਰਨ ਧੰਨ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਆਪਣੇ ਇਸ ਦਰਸ਼ਨ ਕਰਾਉਣ ਆਪਣੇ ਇਸ ਸੋਹਣੇ ਘਰ ਦੇ ਪਵਿੱਤਰ ਘਰ ਦੇ ਦਰਸ਼ਨ ਕਰਾਉਣ। ਸਾਡੇ ਜਥੇ ਦੇ ਸਿੰਘ ਲੰਗਰ ਛੱਕ ਰਹੇ ਨੇ ਤੇ ਅਸੀਂ ਵੀ ਲੰਗਰ ਛੱਕਣ ਜਾ ਰਹੇ ਹਾਂ। ਆਗਿਆ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।